ਬੇਸ਼ੱਕ
خالق دا نام بلند بلند آواز نال جواب دیو، نعرہ تکبیر اللہ اکبر، نعرہ رسالت یا رسول اللہ، نعرہ رسالت یا رسول اللہ، نعرہ حیدری یا علی، نعرہ حیدری یا علی، حسینیت زندہ باد، حسینیت زندہ باد، یزیدیت مردہ باد، یزیدیت مردہ باد، پاک زہرا دے دشمناں تے لعنت، بے شمار شہدائے کربلا دے قاتلاں تے لعنت، بے شمار بے شمار صلوات امام زمانہ بادشاہ دی عزت تے بابا دے بلند، اللہم صلی اللہ محمد والے محمد، اعوذ باللہ من الشیطان اللیم الرجیم، ماشاءاللہ بسم الله الرحمن الرحيم، الصلاة والسلام على أشرف الأنبياء والمرسلين، صلوا اللهم صل على محمد وآل محمد، الذي قيل في شانه وما أرسلناك إلا رحمة للعالمين، نبي ذات صلوا اللهم صل على محمد وآل محمد، صلوات کوشش کرو، معذرت نال میں گل کرن لگا کہ بسم اللہ عبادت ہے جس دے وچوں لا شریک بھی شریک، بسم اللہ ماشاءاللہ، اللهم صل على محمد وآل محمد، نعرہ تکبیر اللہ اکبر، اللہ اکبر، نعرہ رسالت یا رسول اللہ، نعرہ رسالت یا رسول اللہ، نعرہ حیدری یا علی، نعرہ حیدری یا علی، نعرہ حیدری یا علی، بسم اللہ آباد رہو صدا وسدے رہو، مولا صحت کاملہ فائزہ عطا فرمائے، آمین، کربلا دی بیماری دا واسطہ سارے جان دیو کہ بابا ظفر حسمت بیمار صدقہ بیماری کربلا دی بیماری دا مولا شفا کاملہ الہی، آمین، جڑی جڑی دل وچ حاجت رکھی بیٹھے مولا تمام دی حاجات قبول کر، الہی آمین، تمام علماء ذاکرین دا پڑھیا علماء حقیر دی ڈیوٹی مولا عبادت شمار، الہی آمین، جتھے جتھے بیٹھے ہو 417 بسم اللہ، مخصوص سن امام حسین بادشاہ دے نام بسم اللہ، بغیر کوئی سما خراشی کوئی لمحہ ضائع کیتے بغیر میرے بھائی پڑھن لگا، بسم اللہ، جتھے جتھے بیٹھے ہونے حضور حسین توجہ میرے آلے پاس، بسم اللہ، اپنے کرم کا بیگتا ساول حسین ہے، واہ ابرے کرم کا بیگ تساول حسین ہے، اور کتنے حسین حرفوں کا آنگن حسین ہے، کتنے حسین حرفوں کا آنگن حسین ہے، ممکن نہیں کہ یہ حشر تلک مٹ سکے، اس لا الہ کے لفظ کا ضامن حسین، نعرہ حیدری یا علی، لفظ کا بے شک زامن حسین ہے، حسین قدن آئے قدم بظاہر نظر دنیا تے نزول ہوئے، سارے جان دے اترائے شوان میرے آقا امام حسین بادشاہ دا نزول ہوئے، سردار انبیاء
ਆ ਕੇ ਆਪਣੇ ਪੁੱਤ ਨੂੰ ਆਪਣੇ ਨਿਵਾਸੇ ਨੂੰ ਆਪਣੇ ਪਾਕ ਹੱਥਾਂ ਤੇ ਚਾਹਿਆ ਹੋਇਆ। ਸਾਹਾਬਾ ਦਾ ਮਜਮਾ ਸਾਹਮਣੇ ਸਾਹਾਬਾ ਸਵਾਲ ਕੀਤਾ, ਯਾ ਰਸੂਲ ਅੱਲਾਹ ਜਿਹੜਾ ਅੱਜ ਆਏ ਜਾਂ ਆਪਣੇ ਹੱਥਾਂ ਤੇ ਚਾਹੀ ਵਧੇ ਹੋ, ਇਹਦੀ ਇੱਜ਼ਤ ਦੱਸਾਓ, ਨਿਸ਼ਾਨ ਦੱਸਾਓ, ਰੁਤਬਾ ਮਕਾਮ ਦੱਸਾਓ। ਨਬੀਆਂ ਦੇ ਸੁਲਤਾਨ ਨਬੀ ਨੇ ਆਪਣੇ ਪੁੱਤਰ ਆਪਣੇ ਨਵਾਸੇ ਹੁਸੈਨ ਬਾਦਸ਼ਾਹ ਦੇ ਰੁਖਸਾਰ ਤੇ ਬੋਸਾ ਦਿੱਤੇ। ਨਬੀਆਂ ਦਾ ਸੁਲਤਾਨ ਨਬੀ ਫਰਮੇਦੇ, ਮੇਰਾ ਬੱਚੜਾ, ਮੇਰਾ ਲਾਲ, ਇਹ ਲੋਕ ਪੁੱਛਦੇ ਨੇ ਜਿਹੜਾ ਅੱਜ ਆਇਆ ਇਹਦੀ ਇੱਜ਼ਤ ਕਿਆ ਹੈ, ਆਪਣੀ ਜ਼ੁਬਾਨ ਲਾਲ ਇਹਨਾਂ ਨੂੰ ਦੱਸਾ ਜੋ ਤੇਰਾ ਰੁਤਬਾ ਕਿਆ ਹੈ, ਸ਼ਾਨ ਕਿਆ ਹੈ, ਮਕਾਮ ਕਿਆ ਹੈ। ਇਮਾਮ ਹੁਸੈਨ ਬਾਦਸ਼ਾਹ ਨਬੀਆਂ ਦੇ ਸੁਲਤਾਨ ਨਬੀ ਦੇ ਹੱਥ ਤੇ ਬਾਬਾ ਜੀ ਕਰਵਟ ਬਦਲੀਏ, ਸਹਾਬਾ ਦੇ ਪਾਸੇ ਦੇਖ ਕੇ ਇਮਾਮ ਹੁਸੈਨ ਬਾਦਸ਼ਾਹ ਫਰਮੇਂਦੇ ਨੇ, ਮੁਝ ਕੋ ਰਸੂਲ ਮੁਅੱਜ਼ਮ ਕਾ ਚੈਨ ਕਹਤੇ ਹੈ, ਮੁਝ ਕੋ ਰਸੂਲ ਮੁਅੱਜ਼ਮ ਕਾ ਚੈਨ ਕਹਤੇ ਹੈ, ਔਰ ਤਲੂਏ ਫਤਿਹ ਬਦਰੋ ਹੁਨੈਨ ਕਹਤੇ ਤਲੂਏ ਫਤਿਹ ਬਦਰੋ ਹੁਨੈਨ ਕਹਤੇ ਹੈ। ਹੈ ਮੇਰਾ ਨਾਮ ਮਜਦਗਾਰ ਬੇਸਹਾਰੋ ਕਾ ਬਜ਼ੁਰਗ ਪਿਆਰ ਸੇ ਮੁਝ ਕੋ ਹੁਸੈਨ ਕਹਤੇ। ਆਪਣੀ ਨੌਕਰੀ ਦਾ ਆਗਾਜ਼ ਵੀ ਇਮਾਮ ਹੁਸੈਨ ਬਾਦਸ਼ਾਹ ਦੀ ਇੱਜ਼ਤ ਤੋਂ, ਡਿਊਟੀ ਕਰਨੀ ਹੈ ਤੁਸੀਂ ਸੁਣਨੇ, ਬੋਲਣਾ ਉਸੇ ਬੰਦੇ ਹੁੰਦੇ ਜਿਸ ਬੰਦੇ ਦਾ ਬੋਲਣ ਮੇਰੇ ਮੌਲਾ ਨੂੰ ਚੰਗਾ। ਬੇਸ਼ੱਕ ਹਰ ਜ਼ਬਾਨ ਆਲੇ ਮੁਹੰਮਦ ਜ਼ਿਕਰ ਸਿਫਤ ਤੋਂ ਸੁਣਾਏ ਜੀ ਨਹੀਂ ਬੋਲ, ਬੇਸ਼ੱਕ 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 ਜਿਹੜੀ ਆਲੇ ਮੁਹੰਮਦ ਨੂੰ ਔਰ ਜ਼ਾਤ ਤੇ ਵਾਜਬ ਨੂੰ ਚੰਗੀ, ਬੇਸ਼ੱਕ। ਇਮਾਮ ਹੁਸੈਨ ਬਾਦਸ਼ਾਹ ਦੀ ਇੱਜ਼ਤ ਇਸ ਕਸੀਦਾ, ਬਿਸਮਿਲ੍ਲਾ ਅੰਗੁਸ਼ਤਰੀ ਹਦੀਨ ਕੀ ਨਗੀਨਾ ਹੁਸੈਨ, ਵਾਹ ਵਾਹ, ਅੰਗੁਸ਼ਤਰੀ ਹਦੀਨ ਕੀ ਨਗੀਨਾ ਹੁਸੈਨ ਕਾ ਸੂਰਜ ਪੇ ਸੋ ਚਾਂਦ ਸਿਤਾਰੋ ਪੇ ਜ਼ਰਾ ਗੌਰ ਕਰ, ਤਕਸੀਮ ਹੋ ਰਹਾ ਹੈ ਪਸੀਨਾ। ਇਮਾਮ ਹੁਸੈਨ ਬਾਦਸ਼ਾਹ ਦੀ ਇੱਜ਼ਤ ਅੱਲਾ ਯਾ ਅੱਲਾ ਦਾ ਰਸੂਲ ਜਾਣ, ਅਸਾਂ ਤੁਸਾਂ ਗੁਲਾਮੀ ਦਾਵੀ ਨਾਲ ਹੁੰਦੀ ਹੈ ਦਲੀਲ, ਦਲੀਲ ਕੀ ਆਏ ਮੈਂ ਕਸੀਦਾ ਇਨਾਮ ਦੇ ਸਾਹਮਣੇ ਪੇਸ਼ ਕਰਨ ਲੱਗਾ। ਇੱਕ ਨਾਰਾ ਸੁਣਾਓ, ਨਬੀਆਂ ਦੇ ਸੁਲਤਾਨ ਨਬੀ ਨੇ ਆਪਣੇ ਪੁੱਤਰ ਨੂੰ ਆਪਣੇ ਨਿਵਾਸੇ ਨੂੰ ਪਾਕ ਹੱਥਾਂ ਤੇ ਚਾਇਆ ਹੋਇਆ, ਤੇ ਜਿਹੜੀ ਗੱਲ ਸਰਕਾਰ ਰਿਸਾਲਤ ਇਮਾਮ ਨੇ ਕੀਤੀ ਉਹ ਕਸੀਦਾ, ਬਲਕਿ ਇੰਜ ਆਖਾਂ ਕਿ ਜਿਹੜਾ ਕਸੀਦਾ ਰਿਸਾਲਤ ਇਮਾਮ ਆਪਣੇ ਪੁੱਤਰ ਨਿਵਾਸੇ ਦਾ ਪੜ੍ਹੇ ਉਹ ਮੈਂ ਜਨਾਬ ਦੇ ਸਾਹਮਣੇ ਪੇਸ਼ ਕਰਨ ਲੱਗਾ। ਇੱਕ ਸਲਵਾਤ ਬਾ ਜਮਾਤ ਪੜ੍ਹੋ ਤੇ ਮੈਂ ਕਸੀਦਾ ਸ਼ੁਰੂ ਕਰਾਂ। ਅੱਲਾਹੁਮਾ ਸੱਲੇ ਅਲਾ ਮੁਹੰਮਦਿਨ ਵਾਲੇ ਮੁਹੰਮਦ, ਤੇਰੇ ਨਾਮ ਸੇ ਜ਼ਿੰਦਾ ਹੈ, 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 ਤੇਰੇ ਨਾਮ ਸੇ ਜ਼ਿੰਦਾ ਹੈ। ਨਾਰਾ ਹੈ ਤੇਰੀ, ਅਕਲੀਅਤ ਚ ਬੇਸ਼ੱਕ, ਅਜ਼ਲ ਤੋਂ ਅਬਦ ਤੱਕ ਹੱਕ ਹਮੇਸ਼ਾ ਅਕਲੀਅਤ ਚ, ਬੇਸ਼ੱਕ ਬੇਸ਼ੱਕ। ਵਜ੍ਹਾ ਕਹਿ ਪੁੱਛੋ ਦਲੀਲ ਕੇ ਤੇਰੇ ਕੋਲ, ਸਮੇਂ ਦਲੀਲ ਲੈਸਾਂ ਬਹਿ ਪਾਸੇ ਜਿਹੜੇ ਆਏ ਜਿਹਨਾਂ ਬੁੱਧ ਵਾਲੇ ਦਿਨ ਜੁਮਾ ਪੜਾਇਆ ਨੌ ਲੱਖ, ਇਸ ਪਾਸੇ 72 ਆਏ, ਪਤਾ ਕਿਹਨਾਂ ਦੀ ਹੋਈ ਹੈ ਜਿਹੜੇ ਥੋੜੇ ਆਏ 72 ਆਏ। ਇਸ ਵਾਸਤੇ ਹੱਕ ਜਿਹੜੇ ਉਹ ਹਮੇਸ਼ਾ ਕਲੀਲ ਹੋ ਸੀ, ਬੇਸ਼ੱਕ। ਇਸ ਵਾਸਤੇ ਤੁਸੀਂ ਆਪਣੇ ਆਪ ਨੂੰ ਕੰਮ ਸਬਰ ਨਹੀਂ ਕਰਨਾ, ਸ਼ਾਹ ਜਾਣੇ ਤੇ ਰਾਹ ਜਾਣੇ, ਬਿਸਮਿਲ੍ਲਾ। ਇਮਾਮ ਹੁਸੈਨ ਬਾਦਸ਼ਾਹ ਨੂੰ ਰਿਸਾਲਤ ਇਮਾਮ ਆਪਣੇ ਪਾਕ ਹੱਥਾਂ ਤੇ ਜ਼ਾਕਰ ਸਹੀ ਚਾਹ ਕੇ ਫਰਮੇਲ, ਤੇਰੇ ਨਾਮ ਸੇ ਜ਼ਿੰਦਾ ਹੈ, 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 ਤੇਰੇ ਨਾਮ ਸੇ, ਤੇਰੇ ਨਾਮ।
نام سے زندہ ہے تیرے نام سے زندہ ہے رسالت امام اپنے پتر نو چاہ کے فرمے دے تیرے نام سے زندہ ہے تیرے نام سے زندہ ہے تیرے نام سے زندہ ہے یہ دین محمد کا تیرے نام سے زندہ ہے یہ دین محمد کا تیرے نام سے زندہ ہے شبیر یہ سب دنیا تیرے نام سے زندہ ہے شبیر یہ سب دنیا تیرے نام سے زندہ ہے سب تساں جڑے اج اکٹھے بیٹھے ہیں امام حسین بادشاہ دی وجہ توں بے شک جڑے حسینی ہو میرے لال لال سفر تیرے نام سے زندہ ہے تیرے نام سے زندہ ہے شبیر یہ سب دنیا تیرے نام سے زندہ ہے شبیر یہ سب دنیا تیرے نام سے زندہ ہے یہ دین محمد محمد کا تیرے نام سے زندہ ہے یہ دین محمد کا تیرے نام سے زندہ ہے اللہ کبھی کلمہ تیرے نام سے زندہ ہے اللہ کبھی کلمہ تیرے نام سے زندہ ہے یعنی کہ خود اللہ تیرے نام سے زندہ تو چپ کر گئے ہو یعنی کہ خود اللہ تیرے نام سے زندہ کن تو کنزن مخفیا فاببتا نارا واہ سید ذات واجب فرمائے کہ میں ایک چھپا ہوا خزانہ بے شک بس میں نے چاہا کہ میں پہچانا جاؤں رب العزت اپنے نور چ سب تو پہلے نور محمد نو ظاہر کیتے بے شک جدا سرکار محمد مصطفیٰ دا نور ظاہر ہوئے تے اس سے نور نے اپنے پتر نو اپنے پاک ہتھ تے چا کے فرمایا کہ حسین و منی و حنا من حسین میں حسین وچوں ہاں جتھے جتھے بیٹھے ہوئے حدیث سے فرمان رسالت امام دا یاد رکھو میں شیر پڑا مواریاں دے ہر ٹھر جاویں اپنے پتروں اپنے پاک ہتھ تے چا کے سرکار فرمیندے نے ملنی کس ند بخشی تجھے سرور عالم نے ملنی کس ند بخشی تجھے سرور عالم نے پھر یہ بھی کہا میں ہوں شبیر تیرے دم سے پھر یہ بھی کہا میں ہوں شبیر تیرے دم سے شبیر تیرا نانا تیرے نام سے زندہ ہے بے شک انسان خسارے میں ہے مگر وہ لوگ جو ایمان لائے وہ فلاح پا گئے وہ بلندی پہ چلے گئے وہ ترقی پا گئے انسان ہمیشہ خسارے چے مگر وہ لوگ جڑے ایمان لائے آئے وہ خسارے چ نہیں ہوندے سورہ اثر ذہن چ رکھو سورہ فجر سورہ کوثر اتریاں سورتاں دا ترجمہ میں ایک شعر دے رنگ جناب دے سامنے پیش کر لگا سرکار فرمیندے نے وال فجر میں تو شامل تطہیر میں تو شامل وال فجر میں تو شامل تطہیر میں تو شامل کوثر کی موعدت کی تفسیر میں تو شامل وال اثر کا بھی سورا تیرے نام سے زندہ ہے ماشاءاللہ واہ واہ ہو گیا کہ اساں تساں بھی امام حسین بادشاہ دے نام نال بے شک بے شک امام حسین بادشاہ دی
ਮਿਹਨਤ ਨਾਲ ਕੁਰਬਾਨੀਆਂ ਅਸਾਂ ਤੁਸਾਂ ਅੱਜ ਇਕੱਠੇ ਬੈਠੇ ਹਾਂ ਅੱਲਾ ਲੰਤ ਕਰੇ ਆਪਣਾ ਸਰ ਦੇ ਦੋ ਗੱਲਾਂ ਉਸ ਕੀਤੀਆਂ ਜਾਂ ਬਈਅਤ ਕਰ ਜਾਂ ਆਪਣਾ ਸਰ ਦੇ ਮਗਰ ਇਮਾਮ ਹੁਸੈਨ ਬਾਦਸ਼ਾਹ ਸੱਚਿਆਂ ਦਾ ਮੈਂਬਰ ਹੈ ਬਹੁਤ ਵੱਡਾ ਕਰੀਮ ਬਹੁਤ ਵੱਡਾ ਲਾਜਵਾਬ ਬੇਸ਼ੱਕ ਠੀਕ ਹੈ ਕਰੀਮਾ ਦੇ ਦਰ ਤੇ ਤੁਸੀਂ ਆਏ ਖੜੇ ਹੋ ਜਿਹੜੀ ਜਿਹੜੀ ਦੁਆ ਹੈ ਦਿਲ ਵਿੱਚ ਰੱਖੋ ਇਸ ਜ਼ਿਕਰ ਪਾਕ ਦਾ ਸਦਕਾ ਮੌਲਾ ਤੁਸਾਂ ਦੀਆਂ ਤਮਾਮ ਦੁਆਵਾਂ ਕਬੂਲ ਫਰਮਾਸੀ ਇਲਾਹੀ ਆਮੀਨ ਇਮਾਮ ਹੁਸੈਨ ਬਾਦਸ਼ਾਹ ਦੀ ਕਰੀਮੀ ਕਿਤਨੀ ਹੈ ਲਜਪਾਲੀ ਕਿਤਨੀ ਹੈ ਉਸ ਆਖਿਆ ਜਾਂ ਬਈਅਤ ਕਰ ਜਾਂ ਆਪਣਾ ਸਰ ਦੇ ਠੀਕ ਹੈ ਤਵੱਜੋ ਮੇਰੇ ਪਾਸ ਰੱਖੇ ਬਿਸਮਿਲਲਾ ਬਈਅਤ ਕਰ ਜਾਂ ਆਪਣਾ ਸਰ ਦੇ ਬੋਲੋ ਮੇਰੇ ਨਾਲ ਜਿਹਨਾਂ ਨੂੰ ਸਮਝ ਆਈ ਉਹ ਮੇਰੇ ਨਾਲ ਬੋਲਦੇ ਜਾਵੇ ਤਾਂ ਕਿ ਮੈਨੂੰ ਪਤਾ ਲੱਗੇ ਕਿ ਬੰਦੇ ਜ਼ਿੰਦਾ ਬੈਠੇ ਬਿਸਮਿਲਲਾ ਬਈਅਤ ਕਰ ਜਾਂ ਆਪਣਾ ਸਰ ਦੇ ਮਗਰ ਇਮਾਮ ਹੁਸੈਨ ਦੀ ਕਰੀਮੀ ਕਿਤਨੀ ਹੈ ਸ਼ਾਇਰਾਂ ਦੇ ਬਈਅਤ ਯਾ ਸਰ ਯਹੀ ਤਕਾਜ਼ਾ ਥਾ ਯਜ਼ੀਦ ਕਾ ਹਾਂ ਬਈਅਤ ਯਾ ਸਰ ਯਹੀ ਤਕਾਜ਼ਾ ਥਾ ਯਜ਼ੀਦ ਕਾ ਮਾਯੂਸ ਤੋ ਕੋਈ ਵੀ ਸਵਾਲ ਹੀ ਨਹੀਂ ਗਿਆ ਬਈਅਤ ਨਾ ਕਿ ਹੁਸੈਨ ਨੇ ਸਰ ਦੇ ਦਿਆ ਉਸੇ ਇਸ ਦਰ ਸੇ ਤੋ ਯਜ਼ੀਦ ਵੀ ਖਾਲੀ ਨਹੀਂ ਯਜ਼ੀਦ ਵੀ ਖਾਲੀ ਨਹੀਂ ਗਿਆ ਇਮਾਮ ਹੁਸੈਨ ਬਾਦਸ਼ਾਹ ਇਤਨਾ ਵੱਡਾ ਕਰੀਮ ਹੈ ਇਤਨਾ ਵੱਡਾ ਲਜਪਾਲ ਹੈ ਸ਼ੇਰ ਪੜਾ ਇਮਾਮ ਹੁਸੈਨ ਬਾਦਸ਼ਾਹ ਦਾ ਜ਼ਿਹਨ ਚ ਰੱਖੋ ਮੰਦਰ ਰੱਖੋ ਸਰ ਸਿਨਾ ਦੀ ਨੌਕ ਤੇ ਬੁਲੰਦ ਇਮਾਮ ਹੁਸੈਨ ਬਾਦਸ਼ਾਹ ਦਾ ਸਰ ਸਿਨਾ ਦੀ ਨੌਕ ਤੇ ਸੂਰਹ ਕਾਫ ਦੀ ਤਿਲਾਵਤ ਕਰੇਂਦਾ ਸਫ਼ਰ ਪਿਆ ਕਰੇਂਦੇ ਮਗਰ ਮੈਂ ਗੱਲ ਕਿਹੜੀ ਆਖਣਾ ਚਾਹੁੰਦਾ ਇਹ ਜ਼ਿਹਨ ਚ ਰੱਖੋ ਸਰਕਾਰ ਦਾ ਸਰ ਨੇਜੇ ਦੀ ਨੌਕ ਤੇ ਬੁਲੰਦੇ ਮੈਂ ਗੱਲ ਕਿਹੜੀ ਆਖਣਾ ਚਾਹੁੰਦਾ ਬਈਅਤ ਵੀ ਨਾ ਲੈ ਪਾਇਆ ਸਰ ਵੀ ਨਾ ਝੁਕਾ ਪਾਇਆ ਬਈਅਤ ਵੀ ਨਾ ਲੈ ਪਾਇਆ ਸਰ ਵੀ ਨਾ ਝੁਕਾ ਪਾਇਆ ਜ਼ਾਲਿਮ ਕੋ ਕੀਆ ਰੁਸਵਾ ਸਰਵਰ ਲੈ ਸਰੇ ਨੇਜ਼ਾ ਕੁਰਾਨ ਵੀ ਹੈ ਹਕਾ ਤੇਰੇ ਨਾਮ ਸੇ ਜ਼ਿੰਦਾ ਵਾਹ 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 ਸੁਲਤਾਨ ਨਬੀ ਦਾ ਫਰਮਾਨ ਕਿ ਆਪਣੀਆਂ ਮਸਾਂ ਨੂੰ ਜ਼ੀਨਤ ਬਖਸ਼ੋ ਮੇਰੇ ਬਿਨਾ ਅਲੀ ਦੇ ਜ਼ਿਕਰ ਮਾਸ਼ਾਅੱਲਾ ਅਲੀ ਦਾ ਜ਼ਿਕਰ ਪਾਕ ਰਸੂਲ ਦਾ ਜ਼ਿਕਰ ਪਾਕ ਰਸੂਲ ਬੇਸ਼ੱਕ ਬੇਸ਼ੱਕ ਅੱਲਾ ਦਾ ਜ਼ਿਕਰ ਅੱਲਾ ਦਾ ਜ਼ਿਕਰ ਐਨ ਇਬਾਦਤ ਕੋਈ ਮੰਨੇ ਤਾਂ ਵੀ ਅਲੀ ਅਲੀ ਹੈ ਕੋਈ ਨਾ ਮੰਨੇ ਕਿਉਂਕਿ ਅਲੀ ਨੂੰ ਬਣਾਉਣ ਵਾਲਾ ਵੀ ਅਲੀ ਨਾਰਾਏ ਹੈਦਰੀ ਬਾਬਾ ਜੀ ਢਿੱਲਾ ਨਾਰਾ ਨਾ ਮਾਰਿਆ ਅਸਾਂ ਉਹ ਸ਼ਿਆਨੇ ਹੈਦਰੇ ਕਰਾਰ ਨੂੰ ਇਹ ਸ਼ਰਫ ਹਾਸਲ ਹੈ ਕਿ ਅਸਾਂ ਉਹ ਆਪਣਾ ਰੱਬ ਉਹ ਆਪਣਾ ਪੀਰ ਬੇਸ਼ੱਕ 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 ਅਲੀ ਨੂੰ ਬੇਸ਼ੱਕ ਬਣਾਉਣ ਵਾਲਾ ਵੀ ਅਲੀ ਮੇਰੇ ਤੋਂ ਮੁੱਠਾ ਦਲੀਲ ਮੰਗ ਸਕਦੇ ਕੁਰਾਨ ਇਹ ਸ਼ਾਇਦ ਮੇਰੇ ਸਾਹਮਣੇ ਮੈਂਬਰ ਤੇ ਕੁਰਾਨ ਹੈ ਜੋ ਵੀ ਅਗਰ ਕੁਰਾਨ ਹੈ ਤਾਂ ਇਸ ਦੇ ਵਿੱਚ ਅੱਲਾ ਦੇ 99 ਨਾਮ ਸਿਫਾਤੀ ਕਿਤਨੇ 99 ਉਹਨਾਂ 99 ਨਾਵਾਂ ਚੋਂ 39 ਨਾਮ ਹੈ ਅਲੀ ਅਲੀ ਮੌਲਾ ਉਸ ਦੇ ਮੱਦੇ ਨਜ਼ਰ ਉਸ ਨੂੰ ਸਾਹਮਣੇ ਰੱਖਦਾ ਹੋਇਆ ਵਾਅਦਾ ਪਿਆ ਕਿ ਅਲੀ ਨੂੰ ਬਣਾਉਣ ਵਾਲਾ ਵੀ ਅਲੀ ਹੈ ਸ਼ਾਇਰਾਂ ਦੇ ਵਲੀ ਨੇ ਕਿਤਨਾ ਅਨੋਖਾ ਵਲੀ ਬਣਾਇਆ ਹੈ ਜੋ ਚਾਹਤੇ ਥੇ ਮੁਹੰਮਦ ਵਹੀ ਬਣਾਇਆ ਹੈ ਇਹ ਦੇਖ ਦੇਖ ਕੇ ਅਕਸਰ ਸੋਚਦੇ ਹਾਂ ਆਰਿਫ ਉਹ ਆਪ ਕੈਸਾ ਹੈ ਜਿਸਨੇ ਅਲੀ ਬਣਾਇਆ ਅਲੀ ਦੀ ਇੱਜ਼ਤ ਅੱਲਾ ਹੀ ਅੱਲਾ ਦਾ ਰਸੂਲ ਜਾਣਦਾ ਬੇਸ਼ੱਕ ਅਲੀ ਦੀ ਮੰਜ਼ਲਤ ਅਲੀ ਦਾ ਮਕਾਮ ਅਸਾਂ ਨਹੀਂ ਪਹਿਚਾਣ ਸਕਦੇ ਜਿਹੜਾ ਬੰਦਾ ਆਉਂਦਾ ਨਾ ਅਸਾਂ ਅਲੀ ਨੂੰ ਪਹਿਚਾਣ ਗਿਆ ਬਕਵਾਸ ਠੀਕ ਹੈ ਇਹ ਬਿਲਕੁਲ ਸਾਰਾ ਸਰ ਝੂਠ ਕਿਉਂ ਕਿ ਉਹ ਖੁਦ ਤੋਂ ਖਿਆਲਾਤ ਕੀ ਦੁਨੀਆ ਸੇ ਦੂਰ ਹੋ ਉਹ ਬੰਦਾ ਉਹ ਖੁਦ ਤੋਂ ਖਿਆਲਾਤ ਕੀ ਦੁਨੀਆ ਸੇ ਦੂਰ ਖਿਆਲਾਂ ਦੀ ਦੁਨੀਆ ਤੋਂ ਬਿਲਕੁਲ ਦੂਰ ਅਗਲੀ ਗੱਲ ਕਿਹੜੀ ਆ ਦਾ ਉਹ ਖੁਦ ਤੋਂ ਖਿਆਲਾਤ ਕੀ ਦੁਨੀਆ ਸੇ ਦੂਰ ਹੋ ਔਰ ਹਰ ਸ਼ੈ ਪੇ ਵੀ ਮੁਕੰਮਲ ਅਬੂਰ ਹੋ
ہر شے پہ بھی مکمل عبور ہو. مولا علی ولی کو سمجھنے کے واسطے اللہ نہیں تو لازمی رسول ہو. تاکہ میں پہچان سکوں بچے کیونکہ رسولیاں سلطان نبی آ کے کہ علی نو صرف میرے علاوہ اور اللہ کے علاوہ کوئی پہچان نہیں. بے شک اس واسطے یہ دعویٰ بالکل غلط ہے جہاں بندے دن علی نو پہچان لینا. علی کسی کی سمجھ چ نہیں آ سکتی. اگر سمجھ چاہے تو علی نہیں. کائنات دے میں کتنے فرمان پڑھا جہاں تم سامنے پیش کرا. چلو اگلے دس دن اتنا ہی بسم اللہ بسم اللہ اپنے مقصد تے آواں کہ کروں گا بات ہمیشہ حدود کے اندر. کروں گا بات ہمیشہ حدود کے اندر کہ جیسے قرآن بند ہے درود کے اندر. ماشاءاللہ درود کے اندر علی کا نعرہ وہی لگاتا ہے سن لو حلالی خون ہو جس کے وجود کے اندر. سلامت رہو آباد رہو اجازت مولا علی دی عزت. بسم اللہ بسم اللہ. او سائل علی ولی کا تونگر دکھائی دے. 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 سائل علی ولی کا نعرہ حیدری یا علی. سائل علی ولی کا یہ بادشاہ تونگر دکھائی دے. بڑے لکھے رات تجلیل فرماؤ اس ایم اے بی اے کا کوئی فائدہ نہیں کہ آل محمد ذکر خاموش. آل محمد نے زبان ہی آل محمد اسے اس تو سلام واسطے ادا. بے شک انصاف تسا کر دے آوے اگر ذات واجب نے یہ سر بنایا بولن واسطے تے پھر بے شک نہیں جن کر دے آو. اگر رب نے زبان عطا کی تے پھر اپنی زبان لا تائید کرنی ہے تاکہ سچے مونڈے والا نامہ اماد چ عبادت لکھ دے. کیا بات. واہ واہ جتھے جتھے بیٹھے ہو کائنات دی قیمت دا فردسانی میں بننا ہے. بسم اللہ سبیا تسا آزادار انصاف تسا آزادار نے کرنا ہے. سائل علی ولی کا تونگر دکھائی دے. ان کا غلام فخر سکندر دکھائی دے. ان کا غلام فخرے نعرہ حیدری تونگر دکھائی دے سکندر دکھائی دے. کافی اردیب ذہن چ رکھے میرے لال سب سے ہجرت ذہن چ رکھو. میں شیر پڑھا سب سے اعلی شان علی کی. سب سے اعلی سب سے اعلی شان علی کی مشکل تر پہچان علی کی. مشکل تر پہچان علی کی گل کہی اکھ لگا آتا نہیں سمجھ میں ہماری یہ ماجرا. آتا نہیں سمجھ میں ہماری یہ ماجرا. بیدار ہو تو لوگ سمجھنے لگے خود
बेदार हो तो लोग समझने लगे खुदा सोया हो गल तो मिसले पयंबर दिखाई दे ان دونوں کی ایک ہے منزل ان دونوں کی ایک ہے منزل اور یکساں اعزاز ہے حاصل یکساں اعزاز ہے حاصل گل کہڑی آخر لگا اسرا کی شاپ کا واقعہ تاریخ میں پڑا اسرا کی شاپ کا واقعہ تاریخ میں پڑا لکھتے ہیں یہ کہ پردے کے باہر تھے مصطفیٰ لکھتے ہیں یہ کہ پردے کے باہر تھے مصطفیٰ اور مرتضیٰ حجاب کے اندر دکھائی دے سکندر دکھائی دے تونگر دکھائی دے پیمبر دکھائی دے اندر دکھائی دے مزید تو جو چان لگا بلتے اسد کی گود کا پالا بلتے اسد کی گود کا پالا اتنی طاقت و جرت والا اتنی طاقت و جرت والا گل کے لیے آخر لگا نازک سی انگلیاں ہیں جو اجدر کو چیر دے نازک سی انگلیاں ہیں جو اجدر کو چیر دے یا پھر کبھی جو آہنی دیوار میں گھڑے یا پھر کبھی جو آہنی دیوار میں گھڑے اڑتا ہواؤں میں درے خیبر شجاعت کا صدف مینارائے الماس کہتے ہیں شجاعت کا صدف مینارائے الماس کہتے ہیں غریبوں کا سہارا بے قصوں کی آس بے شک ہیں یزیدی سازشیں جس کے علم کی چھاؤں سے لرزے اسے عرض و سما والے سبھی عباس کے واہ واہ داری بسم اللہ اللہم صل علی محمد و آل محمد
ਮੈਂ ਜੰਗੇ ਉਹਦ ਤਤਵਾ ਕੂਵੇ ਨਕਸ਼ਾ 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 ਜੇ ਨਾ ਵਿਖਾਵਾ ਬਤ ਮੈਂ ਅੱਬਾਸ ਚੰਗੇ ਸਫੀਨ ਅਮੀਰੇ ਕਾਇਨਾਤ ਅਲੀ ਪੁੱਤਰ ਘੋੜੇ ਦੀ ਲੀਨ ਜਾਗੇ ਸਾਰੀਆਂ ਗੱਲਾਂ ਮੈਂ ਛੋੜ ਦਿੱਤੀਆਂ ਜਨਾਬੇ ਅਬਾਸ ਬਾਬੇ ਦੇ ਪਾਸੇ ਦੇਖ ਕੇ ਸਿਪਾਹੀਆਂ ਦੇ ਫੌਜੀਆਂ ਦੇ ਪਾਸੇ ਦੇਖ ਕੇ ਸਰਕਾਰ ਫਰਮਾਉਂਦੇ ਨੇ ਮੈਂ ਜੰਗੇ ਉਹਦ ਦਾ ਤਵਾਕੂ ਇਹ ਲਕਸ਼ਾ ਮੈਂ ਜੰਗੇ ਉਹਦ ਦਾ ਤਵਾਕੂ ਇਹ ਲਕਸ਼ਾ ਜੇ ਨਾ ਵਿਖਾਵਾ ਵਤ ਮੈਂ ਅਬਾਸ ਨਹੀਂ ਜੇ ਨਾ ਵਿਖਾਵਾ ਵਤ ਮੈਂ ਅਬਾਸ ਨਹੀਂ ਮੈਂ ਪੰਚਤਲੀਆਂ ਪੰਜ ਮਿੰਟਾਂ ਦੇ ਵਿੱਚ ਮੈਂ ਪੰਚਤਲੀਆਂ ਪੰਜ ਮਿੰਟਾਂ ਦੇ ਵਿੱਚ ਜੰਗ ਨਾ ਮੁਕਾਵਾ ਵਤ ਮੈਂ ਅਬਾਸ ਨਹੀਂ ਅਬਾਸ ਜੰਗੇ ਉਹ ਤੇਰੇ ਆਵਣ ਤੂੰ ਪਹਿਲੇ ਗੁਜ਼ਰ ਗਈ ਹੈ ਜੰਗੇ ਉਹ ਤੇਰੇ ਨਜ਼ੂਰ ਤੂੰ ਪਹਿਲੇ ਤੇਰੇ ਜੰਮਣ ਤੂੰ ਪਹਿਲੇ ਤਾਂ ਗੁਜ਼ਰ ਗਈ ਹੈ ਮੇਰਾ ਲਾਲ ਸਾਹਮਣੇ ਦੇਖ 318,000 ਫੌਜੀ ਤੇਰੇ ਇੰਤਜ਼ਾਰ ਚ ਖੜੇ ਤੇਰੀ ਜੰਗ ਵੀ ਪਹਿਲੀ ਹੈ ਤੂੰ ਆਦੇ ਮੈਂ ਜੰਗੇ ਉਹਦਾ ਨਕਸ਼ਾ ਵਿਖਾ ਸਕਦਾ ਤੇਰੀ ਜ਼ਿੰਦਗੀ ਤੇਰੀ ਉਮਰ 11 ਸਾਲ ਹੈ ਜਿੱਦਾਂ ਮੌਲਾ ਅਮੀਰੇ ਕਾਇਨਾਤ ਆਪਣੇ ਪੁੱਤਰ ਨੂੰ ਆਖੇ ਤੇਰੀ ਜੰਗ ਪਹਿਲੀ ਹੈ ਤੇਰੀ ਜ਼ਿੰਦਗੀ ਉਮਰ 11 ਸਾਲ ਹੈ ਤੇ ਜੰਗ ਵੀ ਪੈਂਦੀ ਹੈ ਉਹ ਵੇਲੇ ਮੇਰੇ ਮੌਲਾ ਅਬਾਸ ਨੇ ਘੋੜੇ ਦੀ ਰਕਾਬ ਵਿੱਚ ਪੈਰ ਰੱਖੇ ਹੈ ਹੈਦਰੀ ਖੂਨ ਨੇ ਬਾਵਰੀ ਜੋਸ਼ ਮਾਰੇ ਬਾਬੇ ਅਬਾਸ ਮੌਲਾ ਦੇ ਪਾਸੇ ਦੇਖ ਕੇ ਬਾਬੇ ਦੇ ਪਾਸੇ ਦੇਖ ਕੇ ਫੌਜੀਆਂ ਦੇ ਪਾਸੇ ਦੇਖ ਕੇ ਮੁਸਕਰਾ ਕੇ ਜਨਾਬੇ ਅਬਾਸ ਫਰਮਾਉਂਦੇ ਨੇ ਮੰਦਾ ਬਚਪਨ ਹੈ ਜੰਗ ਮੇਰੀ ਪਹਿਲੀ ਹੈ ਮੰਦਾ ਬਚਪਨ ਹੈ ਜੰਗ ਮੇਰੀ ਪਹਿਲੀ ਹੈ ਆਦੇ ਦਾ ਨਗਰ ਨਸਲਾਂ ਤੇ ਮੁੱਕਦੀ ਹੈ ਆਦੇ ਦਾ ਨਗਰ ਨਸਲਾਂ ਤੇ ਮੁੱਕਦੀ ਹੈ 3 ਲੱਖ ਵੀ ਹਿੰਨ ਮੈਂ ਕੂੰ ਥੋੜੇ ਪੇ ਜਿਸ ਦਿਲ ਸਾਰੇ ਮੁਕਾ ਦੇ ਸਦੋ ਦੁੱਖ ਪਹੁੰਚਾ ਦੇ ਸਾਰੇ ਮੁਕਾ ਦੇ ਸਦੋ ਦੁੱਖ ਪਹੁੰਚਾ ਦੇ ਵਾਅਦਾ ਮੇਰਾ ਹੋ ਗਿਆ ਮੇਰੇ ਜੇ ਬੱਚੜੇ ਮੇਰੇ ਜੇ ਬੱਚੜੇ ਮੇਰੇ ਜੇ ਬੱਚੜੇ ਦੁਨੀਆਂ ਉੱਤੇ ਵੱਲ ਜੰਮਣ ਜੇ ਮਾਵਾ ਵਤ ਮੈਂ ਅਬਾਸ ਜਿਓ ਜਿਸਕੀ ਲਾਸ਼ ਤਰਸਤੀ ਰਹੀ ਦਫਨ ਕੇ ਲੀਏ ਹੁਸੈਨ ਯਕੀਨ ਨਾ ਹੋ ਤੋ ਪੁੱਛ ਲੋ ਬਜ਼ਾਰੇ ਸ਼ਾਮ ਲੈਣਬ ਕਹਾਂ ਕਹਾਂ ਨਾ ਗਈ ਜੋ ਤੁਹਾਡੀ ਹੋ ਗਈ ਬੰਦ ਪੜਦਾ ਅੱਕ ਜਾਣੇ ਮੁਸਾਫਰ ਆਏ ਆ ਰਬਿਆ ਮਲਕਾ ਮੁਲਕ ਸ਼ਰਾਫਤ ਦੇ ਮਲਕਾ ਮੁਲਕ ਸ਼ਰਾਫਤ ਦੇ ਤੇ ਉੱਠ ਆਣ ਖਲੋ ਤੇ ਦਰ ਤੇ ਰਵੇਂਦੀ ਓ ਗੱਲ ਸ਼ੀਓ ਅਜਾ ਗੋਡੀਆਂ ਨਏ ਹੈਵਾਨਾ ਲਾਈਆਂ ਲੱਗ ਜੰਦਰੇ ਗਏ ਹਰ ਗਰ ਤੇ ਓ ਅਜਾ
ਗੋਡੀਆਂ ਨਾਏ ਹੈ ਵਾਲਾ ਲਾਈਆਂ ਲੱਗ ਜੰਦਰੇ ਗਏ ਹਰ ਘਰ ਤੇ ਓ ਰੁਕ ਰਾਤ ਗਈ ਜਿੱਦਾਂ ਰੱਖਣ ਲੱਗੀ ਮਾਂ ਔਨ ਦੀ ਫੁਰ ਕਾ ਸਰ ਤੇ ਰਵੇਂਦੀ ਓ ਗੱਲ ਵੱਡਾ